ਇੱਦਾਂ ਕਈ ਵਾਰ ਹੁੰਦਾ ਹੈ ਕਿ ਸਾਡਾ ਕਦੀ ਨਾ ਕਦੀ ਕਿਸੇ ਅਣਜਾਣ ਵਿਅਕਤੀ ਨੂੰ ਰੋਂਗ ਨੰਬਰ ਲੱਗ ਜਾਂਦਾ ਹੈ, ਪਰ ਇਸ ਰੋਂਗ ਨੰਬਰ ਦੀ ਕਹਾਣੀ ਕੁਝ ਵੱਖਰੀ ਹੈ। ਬੱਟ ਕੇ ਝਾਂਟਾ ਮਾਰਨਾ ਆ ਮੰਮੀ ਦਾ। ਬੀਤ ਗਏ ਜੋ ਪਲਾਂ ਵਿੱਚ ਹੀ, ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਜੋ ਸੀ ਯਾਦ ਸਮੁੰਦਰਾਂ ਭਰੀ, ਹੁਣ ਉਹ ਸੁੱਕਾ ਕਿਨਾਰਾ ਕੀ ਕਰਨਾ। ਬਣ ਮੰਗਤਾ ਤੂੰ ਚਾਦਰ ਵਿਛਾ ਕੇ, ਹੁਣ ਰਾਜਾ ਬਣ ਕੇ ਕੀ ਕਰਨਾ। ਬੀਤ ਗਏ ਜੋ ਪਲਾਂ ਵਿੱਚ ਹੀ, ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਉਹ ਪਲਾਂ ਨੂੰ ਜਿਉਂ ਕੇ ਕੀ ਕਰਨਾ। ਜੱਸੇ ਜੱਸੇ, ਪੁੱਤਾਂ ਤੇਰਾ ਫੋਨ ਵੱਜੀ ਜਾਂਦਾ, ਦੇਖ ਤਾਂ ਲੈ ਕੀਦਾ ਵੀ, ਪਤਾ ਨਹੀਂ ਕੀ ਲਿਖੀ ਜਾਂਦਾ। ਲਿਆ ਫੜਾ ਦੇਖਾਂ ਕੀਦਾ। ਹੈਲੋ, ਹਾਂਜੀ ਕੌਣ? ਉਹ ਤੈਨੂੰ ਇਹ ਜਾਣਨ ਦੀ ਲੋੜ ਨਹੀਂ ਹੈਗੀ ਮੈਂ ਕੌਣ ਆ, ਜਿੰਨਾ ਕਿਹਾ ਓਨਾ ਕਰ। ਪਰ ਤੁਸੀਂ ਦੱਸੋ ਤਾਂ ਸਹੀ ਕੌਣ ਹੋ ਜਨਾਬ? ਉਹ ਤੈਨੂੰ ਕਿਹਾ ਨਾ ਜਿੰਨਾ ਓਨਾ ਕਰ, ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਹੈਗੀ, ਨਹੀਂ ਆਪਣਾ ਹਿਸਾਬ ਕਿਤਾਬ ਦੇਖ ਲਈ ਕੀ ਬਣੂ। ਕੀ ਕੰਮ ਹੈ ਮੇਰੇ ਨਾਲ? ਉਹ ਮੇਰੀ ਗੱਲ ਸੁਣ, ਤੇਰਾ ਮੁੰਡਾ ਸਾਡੇ ਕਬਜ਼ੇ 'ਚ ਆ। ਮੇਰਾ ਬੇਟਾ? ਪਰ ਮੇਰਾ ਤਾਂ ਹਲੇ ਵਿਆਹ ਹੀ ਨਹੀਂ ਹੋਇਆ। ਉਹ ਮੈਨੂੰ ਤੇਰੇ ਬਾਰੇ ਸਭ ਕੁਝ ਪਤਾ, ਮੈਨੂੰ ਪਤਾ ਤੇਰਾ ਵੱਡਾ ਭਰਾ ਪੁਲਿਸ 'ਚ ਵੀ ਆ। ਉੱਤੇ ਫਿਰ ਬੋਲ ਕਿਵੇਂ ਰਹੇ ਹੋ ਯਾਰ, ਉਹ ਭਰਾਵਾ ਕਿਤੇ ਕੋਈ ਮਜ਼ਾਕ ਤਾਂ ਨਹੀਂ ਕਰਦਾ? ਇਹ ਕੋਈ ਮਜ਼ਾਕ ਨਹੀਂ ਹੈਗਾ, ਮੈਂ ਜਿਵੇਂ ਕਿਹਾ ਨਾ ਉੱਕਣੇ ਕਰਜੇ ਬੱਚੇ ਦੀ ਜਾਨ ਬਚਾਉਣੀ ਆ। ਜੇ ਤੈਨੂੰ ਯਕੀਨ ਨਹੀਂ ਹੈਗਾ ਨਾ, ਲੈ ਬੱਚੇ ਦੀ ਆਵਾਜ਼ ਸੁਣ। ਗੱਲ ਸੁਣ ਓਏ, ਗੱਲ ਕਰ। ਪਾਪਾ ਮੈਨੂੰ ਬਚਾਓ, ਕਿਸੇ ਨੇ ਮੈਨੂੰ ਫੜ ਲਿਆ। ਹਾਂ ਹਾਂ ਪੁੱਤ, ਮੈਂ ਕਰਦਾ ਕੁਛ, ਕਰਦਾ। ਸੁਣ ਲਈ ਨਾ ਬੱਚੇ ਦੀ ਆਵਾਜ਼, ਕਿੰਨਾ ਡਰਿਆ ਪਿਆ ਬੱਚਾ, ਕਿਵੇਂ ਸਹਿਮਿਆ ਪਿਆ। ਹੁਣ ਮੇਰੀ ਗੱਲ ਸੁਣ, ਜਿਵੇਂ ਕਹਿ ਰਿਹਾ ਓਕਣ ਕਰ। ਸਰ ਮੈਨੂੰ ਲੱਗਦਾ ਜੀ ਤੁਹਾਡਾ ਰੋਂਗ ਨੰਬਰ ਲੱਗ ਗਿਆ ਕੋਈ। ਸਾਲਾ ਲੱਗਦਾ ਰੋਂਗ ਨੰਬਰ ਦਾ, ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲਾ। ਜਿਵੇਂ ਮੈਂ ਕਹਿ ਰਿਹਾ ਉੱਕਣ ਕਰ, ਰੁਪਈਆ 20 ਲੱਖ ਲੈ ਕੇ ਨਾ ਜਿੱਥੇ ਮੈਂ ਕਹਿ ਰਿਹਾ ਉੱਥੇ ਆ ਜਾ, ਨਹੀਂ ਪੁੱਤ ਤੇਰੇ ਟੱਬਰ ਦੀ ਖੈਰ ਨਹੀਂ। ਮੈਂ ਕਿਸੇ ਨੂੰ ਕੋਈ ਖਬਰ ਨਹੀਂ ਕਰਦਾ, ਪਰ ਮੈਂ ਇੰਨੇ ਪੈਸੇ ਕਿੱਥੋਂ ਲੈ ਕੇ ਆਊਂਗਾ ਜਨਾਬ? ਮੈਂ ਤਾਂ ਕੋਈ ਕੰਮ ਕਾਰ ਵੀ ਨਹੀਂ ਕਰਦਾ, ਤੂੰ ਮੇਰਾ ਬਾਪੂ ਸਾਰਾ ਦਿਨ ਮੈਨੂੰ ਵਿਹਲੜ ਵਿਹਲੜ ਕਹਿ ਕੇ ਤਾਨੇ ਦਿੰਦਾ ਰਹਿੰਦਾ। ਉਹ ਮੇਰੀ ਗੱਲ ਸੁਣ ਲਓ ਓਏ, ਜੇ ਭੌਂਕੀ ਜਾਣਾ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲਓ। ਮੈਂ ਨਾ ਇੱਕ ਨੰਬਰ ਭੇਜਣ ਲੱਗਿਆ,
ਉਹ ਬੱਚੇ ਦੀ ਮਾਂ ਦਾ ਆ। ਉਸ ਬੱਚੇ ਦੀ ਮਾਂ ਨੂੰ ਫੋਨ ਕਰਕੇ ਕਹਿ ਕਿ ਮੈਨੂੰ 20 ਲੱਖ ਰੁਪਇਆ ਚਾਹੀਦਾ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਜਾਂ ਪੁਲਿਸ ਨੂੰ ਇਨਵੋਲਵ ਕੀਤਾ ਕੰਮ 'ਚ ਤਾਂ ਸਭ ਤੋਂ ਬੁਰਾ ਕੋਈ, ਕਿਉਂਕਿ ਜੋ ਤੂੰ ਗੱਲ ਕਰੇਗਾ ਉਹ ਸਾਰੀ ਮੈਨੂੰ ਸੁਣੂਗੀ। ਠੀਕ ਹੈ ਜੀ। ਜੱਸੇ। ਹਾਂ ਬੇਬੇ। ਪੁੱਤ ਕਿਹਦਾ ਫੋਨ ਹੈ? ਉਹ ਤਾਂ ਕਿਸੇ ਦੋਸਤ ਦਾ ਫੋਨ ਸੀ ਬੇਬੇ। ਜੱਸੇ, ਜੱਸੇ। ਹਾਂ ਬੇਬੇ। ਪੁੱਤ ਆ ਤੇਰੇ ਮੱਥੇ ਦੇ ਇੰਨਾ ਪਸੀਨਾ ਕਾਹਤੋਂ ਆ ਰਿਹਾ? ਨਾਲੇ ਫੋਨ ਕਿਹਦਾ ਸੀ? ਬੜਾ ਚਿਰ ਗੱਲਾਂ ਮਾਰੀ ਗਿਆ ਹੈ। ਉਹ ਬੇਬੇ ਤੈਨੂੰ ਕਹਿੰਦਾ ਇੱਦਾਂ ਕਿਸੇ ਦੋਸਤ ਦਾ ਸੀ। ਚੱਲ ਚੰਗਾ, ਐਂ ਕਰ ਪੁੱਤ ਰੋਟੀ ਖਾ ਲੈ। ਖਾ ਲੈਣਾ, ਕੋਈ ਨਾ, ਭੁੱਖ ਨਹੀਂ ਹਲੇ। ਚੱਲ ਤੇਰੀ ਮਰਜ਼ੀ ਆ ਭਾਈ, ਚੰਗਾ ਫਿਰ ਠੰਡੀ ਹੋ ਜਾਂਦੀ ਹੈ, ਖਾ ਲੈਂਦਾ। ਹੈਲੋ। ਮੈਂ ਜੀ ਤੁਹਾਡਾ ਬੱਚਾ ਮੇਰੇ ਕਬਜ਼ੇ 'ਚ ਹੈ, ਅਤੇ ਜੇ ਤੁਸੀਂ ਆਪਦੇ ਬੱਚੇ ਦੀ ਜਾਨ ਬਚਾਉਣਾ ਚਾਹੁੰਦੇ ਹੋ ਨਾ ਤਾਂ 20 ਲੱਖ ਦਾ ਇੰਤਜ਼ਾਮ ਕਰੋ। ਜੇ ਪੁਲਿਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫਿਰ ਮੈਂ ਇੱਥੋਂ ਬੁਰਾ ਕੋਈ ਨਹੀਂ। ਠੀਕ ਹੈ, ਮੇਰੀ ਕਾਲ ਦਾ ਇੰਤਜ਼ਾਰ ਕਰਿਓ। ਠੀਕ ਹੈ, ਮੈਂ ਤੁਹਾਡੇ ਫੋਨ ਦਾ ਵੇਟ ਕਰਦੀ ਹਾਂ, ਪਰ ਪਲੀਜ਼ ਮੇਰੇ ਬੱਚੇ ਨੂੰ ਕੁਛ ਨਾ ਕਰਿਓ। ਠੀਕ ਹੈ। ਹੈਲੋ, ਹੈਲੋ। ਹਾਂ, ਹੋ ਗਈ ਗੱਲ? ਹਾਂਜੀ, ਹੋ ਗਈ ਗੱਲ। ਵੈਰੀ ਗੁੱਡ। ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਾ ਪੁੱਤ, ਜਿਹੜੀ ਮੈਂ ਤੈਨੂੰ ਲੋਕੇਸ਼ਨ ਭੇਜ ਰਿਹਾ ਨਾ ਉਹ ਲੋਕੇਸ਼ਨ 'ਤੇ ਲੈ ਕੇ ਪੈਸੇ ਆ ਜਾ। ਜੇ ਮੇਰੇ ਨਾਲ ਕੋਈ ਵੀ ਸਿਹਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਇਹ ਹਿਸਾਬ ਲਾ ਲਈ, ਮੇਰੇ ਬੰਦੇ ਇੱਥੇ ਤੇਰੇ ਘਰ ਦੇ ਨੇੜੇ ਤੇੜੀ ਫਿਰਦੇ ਨੇ, ਇੱਧਰੋਂ ਮੇਰੇ ਇੱਕ ਫੋਨ ਕਰਨ ਦੀ ਦੇਰ ਆ, ਤੇਰੇ ਘਰ ਨੂੰ ਜਦੀ ਅੱਗ ਲਾ ਦੇਣਗੇ, ਫਿਰ ਮੇਰੀ ਕੋਈ ਜ਼ਿੰਮੇਵਾਰੀ। ਪਲੀਜ਼ ਬਾਈ, ਤੁਸੀਂ ਇਹੋ ਜਿਹਾ ਕੁਛ ਨਾ ਕਰਿਓ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਕਰੀ ਜਾਂਦਾ। ਹਾਂ, ਇੱਕ ਗੱਲ ਹੋਰ,
ਜੇ ਨਾ ਬੱਚੇ ਦੀ ਮਾਂ ਕਹੂਗੀ ਮੇਰੀ ਬੱਚੇ ਨਾਲ ਗੱਲ ਕਰਾਂ ਤਾਂ ਕਹਿੰਦੀ ਹਜੇ ਤੱਕ ਬੱਚਾ ਜਿੰਦਾ ਆ, ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਵੀ ਨਹੀਂ ਜੇ ਕੋਈ ਉਨੀ ਕੀ ਹੋਊਗੀ। ਠੀਕ ਹੈ ਜੀ, ਠੀਕ ਹੈ। ਕਿਡਨੈਪਰ ਦੇ ਫੋਨ ਕੱਟਣ ਤੋਂ ਬਾਅਦ ਮੈਂ ਆਪਣੇ ਸਿਰ 'ਤੇ ਹੱਥ ਮਾਰ ਕੇ ਕਲਪਣ ਲੱਗਾ ਕਿ ਰੱਬਾ ਮੈਨੂੰ ਕਿਹੜੀ ਮੁਸੀਬਤ ਵਿੱਚ ਫਸਾ ਦਿੱਤਾ, ਕੋਈ ਰਸਤਾ ਤਾਂ ਦੱਸ ਮੈਂ ਕੀ ਕਰਾਂ। ਪਰ ਹੁਣ ਬੱਚੇ ਨੂੰ ਬਚਾਉਣਾ ਤਾਂ ਪਊ। ਥੋੜ੍ਹੀ ਦੇਰ ਬਾਅਦ ਮੈਨੂੰ ਵਟਸਐਪ 'ਤੇ ਇੱਕ ਮੈਸੇਜ ਮਿਲਿਆ। ਮੈਂ ਆਪਣਾ ਵਟਸਐਪ ਦੇਖਿਆ, ਕਿਡਨੈਪਰ ਨੇ ਮੈਨੂੰ ਜਗ੍ਹਾ ਦੀ ਲੋਕੇਸ਼ਨ ਭੇਜ ਦਿੱਤੀ ਸੀ। ਮੈਂ ਥੋੜ੍ਹੀ ਦੇਰ ਬਾਅਦ ਫਿਰ ਬੱਚੇ ਦੀ ਮਾਂ ਨੂੰ ਫੋਨ ਕੀਤਾ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਮੈਂ ਤੁਹਾਡੇ ਹੀ ਫੋਨ ਦਾ ਵੇਟ ਕਰਦੀ ਸੀ, ਦੱਸੋ। ਪੈਸਿਆਂ ਦਾ ਇੰਤਜ਼ਾਮ ਕਰ ਲਓ। ਮੈਨੂੰ ਪਤਾ ਤੁਹਾਨੂੰ ਪੈਸਿਆਂ ਦੀ ਲੋੜ ਹੈ, ਮੈਂ ਪੈਸਿਆਂ ਦਾ ਬੰਦੋਬਸਤ ਵੀ ਕਰਤਾ, ਪਰ ਪਲੀਜ਼ ਮੇਰੇ ਬੱਚੇ ਨੂੰ ਕੁਛ ਨਾ ਕਰਿਓ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਆਪਦੇ ਬੱਚੇ ਦਾ ਹਿਸਾਬ ਲਾ ਲਿਓ। ਹਾਂਜੀ, ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ, ਮੈਂ ਆਪਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਜਾਂ ਫਿਰ ਪੁਲਿਸ ਨੂੰ ਕੰਪਲੇਨ ਨਹੀਂ ਕਰਦੀ। ਠੀਕ ਹੈ, ਮੈਂ ਜਿਹੜੀ ਜਗ੍ਹਾ 'ਤੇ ਤੁਹਾਨੂੰ ਬੁਲਾਊਂਗਾ ਨਾ ਉੱਥੇ ਪੈਸੇ ਲੈ ਕੇ ਆ ਜਾਓ। ਮੈਂ ਵਟਸਐਪ 'ਤੇ ਲੋਕੇਸ਼ਨ ਭੇਜ ਦੂੰਗਾ ਤੁਹਾਨੂੰ। ਪਰ ਹਾਂ, ਚਲਾਕੀ ਕੋਈ ਨਹੀਂ ਕਰਨੀ। ਮੇਰੀ ਗੱਲ ਸੁਣੋ, ਮੇਰੀ ਗੱਲ ਕਰਵਾ ਦਿਓ ਪਲੀਜ਼ ਮੇਰੇ ਬੱਚੇ ਨਾਲ। ਉਹ ਜਦੋਂ ਘਰ ਆ ਗਿਆ ਜਿੰਨੀਆਂ ਮਰਜ਼ੀ ਗੱਲਾਂ ਕਰ ਲਿਓ। ਨਹੀਂ ਪਲੀਜ਼ ਮੇਰੀ ਗੱਲ ਕਰਵਾ ਦਿਓ, ਮੈਂ ਨਾ ਆਪਣੇ ਬੱਚੇ ਵੀ ਨਾ ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਆਹਾ, ਸਾਰਾ ਡਰਾਮਾ ਨਾ ਮੇਰੇ ਸਾਹਮਣੇ ਨਹੀਂ ਚੱਲਣਾ। ਠੀਕ ਹੈ, ਮੈਂ ਵਟਸਐਪ 'ਤੇ ਲੋਕੇਸ਼ਨ ਭੇਜਦਾ, 20 ਲੱਖ ਰੁਪਈਆ ਲੈ ਕੇ ਪਹੁੰਚੋ ਉੱਥੇ। ਠੀਕ ਹੈ। ਲੋਕੇਸ਼ਨ ਤੁਹਾਡੀ ਦਿੱਤੀ ਲੋਕੇਸ਼ਨ ਨਾ ਬੱਚੇ ਦੀ ਮਾਂ ਨੂੰ ਭੇਜਤੀ। ਵੈਰੀ ਗੁੱਡ, ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ। ਤੈਨੂੰ ਨਾ ਮੈਂ ਇੱਕ ਪਿਸਤੌਲ ਦੂੰਗਾ, ਜਿਹਦੀ ਮਾਂ ਨਹੀਂ ਪੈਸੇ ਦਊਗੀ ਨਾ ਉਹਨੂੰ ਡਰਾ ਦੇ। ਹਾਂ, ਅਤੇ ਮੇਰੀ ਇੱਕ ਗੱਲ ਹੋਰ ਸੁਣ, ਦਿੱਤੀ ਲੋਕੇਸ਼ਨ 'ਤੇ ਜਲਦੀ ਤੋਂ ਜਲਦੀ ਪਹੁੰਚ, ਇੱਧਰੋਂ ਮੈਂ ਨਿਕਲਦਾ। ਪੈਸੇ ਵਾਲਾ ਬੈਗ ਮੇਰੇ ਹੱਥ 'ਚ ਆਉਣ ਤੋਂ ਬਾਅਦ 15 ਮਿੰਟ ਬਾਅਦ ਬੱਚਾ ਤੈਨੂੰ ਮਿਲ ਜੂਗਾ, ਉਦੋਂ ਬਾਅਦ ਇਹਦੀ ਮਾਂ ਨੂੰ ਸੰਭਾ ਦੇ। ਹਾਂ,
ਤੂੰ ਆਪਦੇ ਰਸਤੇ, ਮੈਂ ਆਪਦੇ ਰਸਤੇ। ਮੇਰੇ ਬਾਰੇ ਨਾ ਬਾਹਲਾ ਜਾਣਨ ਦੀ ਕੋਸ਼ਿਸ਼ ਨਾ ਕਰੀ ਪੁੱਤ, ਨਹੀਂ ਨਾ ਤੇਰੇ ਵਾਸਤੇ ਨਾ ਤੇਰੇ ਪਰਿਵਾਰ ਵਾਸਤੇ ਇਹ ਸਭ ਠੀਕ ਨਹੀਂ ਹੋਊਗਾ। ਠੀਕ ਹੈ ਜੀ। ਮੈਂ ਕਿਡਨੈਪਰ ਨਾਲ ਗੱਲ ਕਰਕੇ ਫੋਨ ਰੱਖ ਦਿੱਤਾ ਅਤੇ ਮਨ ਵਿੱਚ ਸੋਚਣ ਲੱਗਾ ਕਿ ਸ਼ੁਕਰ ਇਹ ਮੁਸੀਬਤ ਕੱਲ੍ਹ ਮੇਰੇ ਗਲੋਂ ਲੱਗ ਜਾਏਗੀ। ਦੁਪਹਿਰ ਦੇ ਵੇਲੇ ਕਿਡਨੈਪਰ ਦਾ ਆਦਮੀ ਆ ਕੇ ਮੈਨੂੰ ਇੱਕ ਪਿਸਤੌਲ ਦੇ ਗਿਆ। ਮੈਂ ਕਿਡਨੈਪਰ ਦੇ ਆਦਮੀ ਦਾ ਚਿਹਰਾ ਤਾਂ ਨਾ ਦੇਖ ਸਕਿਆ ਕਿਉਂਕਿ ਉਸਨੇ ਆਪਣੇ ਮੂੰਹ 'ਤੇ ਮਾਸਕ ਜੋ ਪਹਿਨਿਆ ਹੋਇਆ ਸੀ। ਫਿਰ ਮੈਂ ਕੱਲ੍ਹ ਸਵੇਰੇ 7 ਵਜੇ ਦਾ ਟਾਈਮ ਰੱਖ ਕੇ ਬੱਚੇ ਦੀ ਮਾਂ ਨੂੰ ਕਿਡਨੈਪਰ ਦੀ ਦੱਸੀ ਜਗ੍ਹਾ 'ਤੇ ਬੁਲਾ ਲਿਆ। ਮੇਰੇ ਜਾਣ ਤੋਂ ਪਹਿਲਾਂ ਉਸ ਜਗ੍ਹਾ 'ਤੇ ਕੋਈ ਨਹੀਂ ਸੀ। ਜਗ੍ਹਾ ਇੱਦਾਂ ਦੀ ਸੀ ਜਿਵੇਂ ਕੋਈ ਖੰਡਰ ਹੋਵੇ ਅਤੇ ਉਸ ਜਗ੍ਹਾ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਕਿ ਜਿਵੇਂ ਸਦੀਆਂ ਤੋਂ ਕੋਈ ਉੱਥੇ ਆਇਆ ਹੀ ਨਾ ਹੋਵੇ। ਬੜੀ ਡਰਾਉਣੀ ਅਤੇ ਭਿਆਨਕ ਜਗ੍ਹਾ ਸੀ, ਵਿੱਚੋਂ ਵਿੱਚ ਮੇਰਾ ਦਿਲ ਡਰਦਾ ਵੀ ਪਿਆ ਸੀ। ਪਰ ਮੈਂ ਕੀ ਕਰਾਂ, ਮੇਰਾ ਤਾਂ ਉਹ ਹਾਲ ਹੋਇਆ ਸੀ ਜਿਵੇਂ ਸੱਪ ਦੇ ਮੂੰਹ ਕੋੜ ਖਿਰਲੀ ਆ ਗਈ ਹੋਵੇ। ਜੇ ਨਿਕਲਾਂ ਤਾਂ ਵੀ ਮਰਦਾਂ ਅਤੇ ਜੇ ਨਾ ਨਿਕਲਾਂ ਤਾਂ ਵੀ ਮਰਦਾਂ। ਮੈਂ ਆਪਣਾ ਮੂੰਹ ਇੱਕ ਮਾਸਕ ਨਾਲ ਢੱਕਿਆ ਹੋਇਆ ਸੀ ਜਿੱਥੋਂ ਮੈਨੂੰ ਆਉਣ ਜਾਣ ਵਾਲਾ ਹਰ ਕੋਈ ਦਿਖਾਈ ਦਿੰਦਾ ਸੀ, ਪਰ ਮੈਂ ਕਿਸੇ ਨੂੰ ਦਿਖਾਈ ਨਹੀਂ ਸੀ ਦਿੰਦਾ। ਥੋੜ੍ਹੀ ਦੇਰ ਬਾਅਦ ਮੈਨੂੰ ਇੱਕ ਉੱਚੀ ਲੰਮੀ ਬਹੁਤ ਸੋਹਣੀ ਮੁਟਿਆਰ ਮੇਰੇ ਵੱਲ ਆਉਂਦੀ ਦਿਸੀ। ਇੱਕ ਵਾਰ ਤਾਂ ਮੈਂ ਉਸਨੂੰ ਪਹਿਚਾਣ ਨਾ ਸਕਿਆ। ਪਰ ਜਦੋਂ ਉਹ ਮੇਰੇ ਵੱਲ ਆਈ ਤਾਂ ਮੈਂ ਉਸਨੂੰ ਦੇਖ ਕੇ ਤੰਗ ਰਹਿ ਗਿਆ ਕਿਉਂਕਿ ਉਹ ਕੋਈ ਹੋਰ ਨਹੀਂ ਸੀ, ਉਹੀ ਮੇਰਾ ਪਹਿਲਾ ਅਤੇ ਆਖਰੀ ਪਿਆਰ ਮੇਰੇ ਲਵਪ੍ਰੀਤ ਸੀ। ਸੱਚੀ ਵਿਆਹ ਕਰਾਏਗਾ ਨਾ?
ਕਿਤੇ ਲਾਰੇ ਤਾਂ ਨਹੀਂ ਲਾਉਂਦਾ ਮੈਨੂੰ। ਲੈ ਹੈ ਕਮਲੀ, ਇਹੋ ਜਿਹੀਆਂ ਗੱਲਾਂ ਕਿਉਂ ਕਰਦੀ ਹੈ? ਤੈਨੂੰ ਪਿਆਰ ਕਰਦਾ ਮੈਂ, ਵਿਆਹ ਨਹੀਂ ਕਰਾਉਂਗਾ। ਕਹਿੰਦੇ ਹੁੰਦੇ ਨੇ ਜ਼ਿਆਦਾ ਪਿਆਰ ਕਰਨ ਵਾਲੇ ਨਾ ਦੁਸ਼ਮਣ ਵੀ ਛੇਤੀ ਬਣਦੇ ਨੇ। ਕਮਲਿਆ ਦੇਖੀ ਕਿਤੇ ਮੇਰਾ ਦੁਸ਼ਮਣ ਨਾ ਬਣ ਜੀ। ਮੈਂ ਉਸਨੂੰ ਵਿਆਹ ਤੋਂ ਬਾਅਦ ਅੱਜ ਦੇਖ ਰਿਹਾ ਸੀ, ਪਰ ਕਿਸ ਹਾਲ ਵਿੱਚ ਇਹ ਮੈਂ ਬਿਆਨ ਨਹੀਂ ਕਰ ਸਕਦਾ। ਇੱਕ ਪਾਸੇ ਮੈਨੂੰ ਖੁਸ਼ੀ ਵੀ ਸੀ ਅਤੇ ਦੂਜੇ ਪਾਸੇ ਦੁੱਖ ਵੀ ਸੀ ਕਿ ਮੈਂ ਜਿਹਨੂੰ ਪਿਆਰ ਕਰਦਾ ਸੀ ਉਹਨੂੰ ਇੰਨੀ ਤਕਲੀਫ ਕਿਉਂ ਦਿੱਤੀ, ਕਿਉਂ ਕਿਉਂ ਮੈਂ ਇੱਕ ਵਾਰ ਵੀ ਨਹੀਂ ਸੋਚਿਆ ਉਸਦੇ ਬਾਰੇ। ਹੁਣ ਮੇਰੇ ਫੋਨ 'ਤੇ ਵਾਰ ਵਾਰ ਕਾਲਾਂ ਆ ਰਹੀਆਂ ਸੀ। ਇਹ ਕਾਲਾਂ ਕਿਸੇ ਹੋਰ ਦੀਆਂ ਨਹੀਂ, ਬੱਚੇ ਦੀ ਮਾਂ ਦੀਆਂ ਸੀ। ਪੈਸੇ ਲੈ ਕੇ ਆਈ ਹੈ? ਹਾਂਜੀ ਹਾਂਜੀ, ਪੈਸੇ ਤਾਂ ਮੈਂ ਲੈ ਕੇ ਆਈ ਹਾਂ, ਪਰ ਪਹਿਲਾਂ ਮੈਨੂੰ ਆਪਣਾ ਬੱਚਾ ਚਾਹੀਦਾ। ਐਂ ਕਰੀ ਫਿਰ, ਤੇਰੇ ਬੱਚੇ ਦੀ ਲਾਸ਼ ਤੇਰੇ ਘਰੇ ਭੇਜ ਦਿੰਦੇ, ਉੱਥੇ ਮਿਲ ਲਈ ਫਿਰ। ਨਹੀਂ ਨਹੀਂ ਪਲੀਜ਼, ਮੇਰੇ ਬੱਚੇ ਨੂੰ ਕੁਛ ਨਾ ਕਰਿਓ। ਤੁਸੀਂ ਦੱਸੋ ਮੈਂ ਕੀ ਕਰਨਾ, ਮੈਂ ਉਵੇਂ ਕਰੂੰਗੀ। ਬੈਗ ਨੂੰ ਥੱਲੇ ਰੱਖ ਤੇ ਆਪ 10 ਕਦਮ ਪਿੱਛੇ ਹੋ ਜਾ, ਪਿੱਛੇ ਹੋ ਜਾ। ਤੁਸੀਂ ਫਿਰ ਅੱਧਾ ਘੰਟਾ ਵੇਟ ਕਰੋ, ਮੈਂ ਤੁਹਾਡੇ ਬੱਚੇ ਨੂੰ ਲੈ ਕੇ ਆਉਣਾ। ਹਾਂਜੀ। ਪੂਰੇ ਨੇ? ਹਾਂਜੀ। ਮੇਰੀ ਕਿਸਮਤ ਨੇ ਕੀਤਾ ਮਜ਼ਾਕ ਮੇਰੇ ਨਾਲ, ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ। ਲੱਗਦਾ ਸੀ ਪਿਆਰ ਵੱਟੇ ਪਿਆਰ ਕਰੋਂਗੇ, ਪੈਣਾ ਮੇਰੀਆਂ ਦੇ ਵਿੱਚ ਪੈਣ ਤਰੋਂਗੇ। ਵਹਿਮ ਟੁੱਟ ਗਿਆ ਮੇਰਾ, ਸਾਥ ਛੁੱਟ ਗਿਆ ਤੇਰਾ, ਪਰ ਜਾ ਕੇ ਵੀ ਨਾ ਰੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ ਸਕੇ। ਅਸੀਂ ਤੇਰੇ ਪਿਆਰ ਲਈ ਯਾਰਾਂ ਵਾਰ ਦਿੱਤੀ ਜਾਨ, ਪਰ ਦੁੱਖ ਤੇਰੇ ਨਾ ਹੋ। ਬਾਈ ਜਿੱਥੇ ਤੁਸੀਂ ਮੈਨੂੰ ਪੈਸੇ ਲੈ ਕੇ ਕਿਹਾ ਸੀ ਮੈਂ ਉਸ ਜਗ੍ਹਾ ਤੇ ਪਹੁੰਚ ਗਿਆ, ਤੁਸੀਂ ਛੇਤੀ ਆ ਜਾਓ ਬੱਚੇ ਨੂੰ ਲੈ ਕੇ। ਹਾਂ ਬਾਈ, ਮੈਂ ਵੇਟ ਕਰਦਾ।
ਚਲੋ ਬਾਈ ਬਾਈ ਜਿੱਥੇ ਤੁਸੀਂ ਮੈਨੂੰ ਪੈਸੇ ਲੈ ਕੇ ਕਿਹਾ ਸੀ ਮੈਂ ਉਸ ਜਗ੍ਹਾ 'ਤੇ ਪਹੁੰਚ ਗਿਆ, ਤੁਸੀਂ ਛੇਤੀ ਆ ਜਾਓ ਬੱਚੇ ਨੂੰ ਲੈ ਕੇ। ਹਾਂ ਬਾਈ ਮੈਂ ਬਾਈ ਮੈਂ ਵੇਟ ਕਰਦਾ। ਖੜ ਜਾ ਇੱਥੇ, ਲੈ ਬੈਗ ਦੇ। ਪਹਿਲਾਂ ਮੈਨੂੰ ਬੱਚਾ ਦਿਓ। ਬੱਚਾ ਮਿਲ ਜੂ ਤੁਹਾਨੂੰ ਪਹਿਲਾਂ ਬੈਗ ਦੇ। ਮੈਂ ਉਹਨਾਂ ਟਾਈਮ ਬੈਗ ਨਹੀਂ ਦਿੰਦਾ ਜਿੰਨਾ ਟਾਈਮ ਤੁਸੀਂ ਮੈਨੂੰ ਬੱਚਾ ਨਹੀਂ ਦਿੰਦੇ। ਮੰਮਾ ਮੰਮਾ ਆ ਦੇਖ ਇੱਥੇ ਧਰ ਦੇ ਬੈਗ ਧਰ ਦੇ। 10 ਕਦਮ ਪਿੱਛੋਂ ਖਬਰਦਾਰ ਜੇ ਥੋਲਣ ਦੀ ਕੋਸ਼ਿਸ਼ ਕੀਤੀ ਹੈ ਹਰਦਾ ਮੁੰਡੇ ਨੂੰ ਪੁੱਤ ਤੋਂ। ਸ਼ਾਬਾਸ਼, ਚੰਗਾ ਨਾਂ ਰੋਸ਼ਨ ਕਰਦਾ ਪਿਆ ਘਰਦਿਆਂ ਦਾ। ਤੁਸੀਂ ਬਾਈ ਇਹਨੂੰ ਕਿਵੇਂ ਜਾਣਦੇ ਹੋ? ਉਹ ਮੇਰੀ ਮਾੜੀ ਕਿਸਮਤ ਆ, ਚਾਚੇ ਦਾ ਮੁੰਡਾ ਮੇਰੇ ਦਾ ਇਹ। ਪਰ ਤੁਸੀਂ ਫਿਕਰ ਨਾ ਕਰੋ, ਇਹਦੇ ਨਾਲ ਮੈਂ ਇੱਕ ਉਹ ਸਲੂਕ ਕਰੂੰਗਾ ਜੋ ਆਪਣੇ ਆਮ ਦੋਸ਼ੀਆਂ ਨਾਲ ਕਰਦਾ। ਉਹ
ਮੈਂ ਅਸਲੀ ਕਿਡਨੈਪਰ ਨਹੀਂ ਹੈਗਾ, ਅਸਲੀ ਤਾਂ ਕੋਈ ਹੋਰ ਹੈ, ਮੈਂ ਤਾਂ ਇੱਕ ਮੋਹਰਾ। ਕੋਈ ਮਰ ਜਾਂਦਾ ਯਾਰ ਬਕਵਾਸ, ਇਹਨੂੰ ਲੈ ਜਾਓ ਇੱਥੋਂ। ਲਵਪ੍ਰੀਤ ਯਾਰ ਤੂੰ ਮੇਰਾ ਯਕੀਨ ਕਰ, ਮੈਂ ਅਸਲੀ ਕਿਡਨੈਪਰ ਨਹੀਂ ਹੈਗਾ, ਅਸਲੀ ਕਿਡਨੈਪਰ ਤਾਂ ਕੋਈ ਹੋਰ ਆ ਬਾਈ, ਮੈਂ ਅਸਲੀ ਦੋਸ਼ੀ ਨਹੀਂ ਹੈਗਾ, ਸੌਣ ਲੱਗੇ ਮੇਰਾ ਯਕੀਨ ਕਰ ਬਾਈ, ਮੈਂ ਤੈਨੂੰ ਵੀ ਆਹੀ ਗੱਲ ਕਹਿਣਾ। ਤੂੰ ਲਵਪ੍ਰੀਤ ਨੂੰ ਜਾਣਦੀ ਆ? ਪੁਲਿਸ ਨੇ ਥਾਣੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਅਤੇ ਕੇਸ ਦੀ ਛਾਣਬੀਣ ਕਰਨ ਲੱਗੀ। ਜਦੋਂ ਮੇਰਾ ਫੋਨ ਚੈੱਕ ਕੀਤਾ ਗਿਆ, ਜਨਾਬ ਮੈਂ ਤੋਂ ਸਾਰਾ ਕੁਝ ਪੁੱਛ ਲਿਆ ਜੀ, ਇਹਦੇ ਕੋਲੋਂ ਕੋਈ ਵੀ ਸਬੂਤ ਨਹੀਂ ਮਿਲਿਆ। ਇਹਦੇ ਕਹਿਣ 'ਤੇ ਨਾ ਇੱਕ ਨੰਬਰ ਆਉਣਾ ਹੁੰਦਾ ਸੀਗਾ ਕਿਡਨੈਪਰ ਦਾ, ਸਿਰਫ ਉਹ ਨੰਬਰ ਮਿਲਿਆ ਕਰਨਾ, ਪਰ ਉਹ ਹੀ ਬੰਦ ਆ ਰਹੇਗਾ। ਮੇਰੇ 'ਤੇ ਕਰ ਲੈ ਯਕੀਨ ਯਾਰ, ਆਪਾਂ ਤਾਂ ਇਕੱਠੇ ਖੇਡੇ ਹਾਂ, ਮੈਂ ਤੈਨੂੰ ਥੋੜ੍ਹੀ ਬਾਈ ਝੂਠ ਬੋਲੂੰਗਾ। ਉਹ ਜੇ ਤੂੰ ਨਹੀਂ ਹੈਗਾ ਅਥਲੀਟ ਟਰੈਪਰ, ਫਿਰ ਹੈਗਾ ਕੌਣ ਆ ਬਾਈ? ਜੇ ਮੇਰੇ 'ਤੇ ਯਕੀਨ ਨਹੀਂ ਨਾ ਤਾਂ ਬੱਚੇ ਨੂੰ ਪੁੱਛ ਲਓ। ਹਾਂ ਪੁੱਤ, ਤੈਨੂੰ ਕਿਡਨੈਪ ਕਿਹਨੇ ਕੀਤਾ ਸੀ? ਅੰਕਲ ਨੇ ਤਾਂ ਮੇਰੀ ਜਾਨ ਬਚਾਈ। ਬਸ ਬਾਈ ਆ ਗਿਆ ਯਕੀਨ। ਕੋਈ ਗੱਲ ਨਹੀਂ ਜੀ, ਅਸੀਂ ਕਾਰਵਾਈ ਕਰਾਂਗੇ, ਅਸੀਂ ਮੁੱਦੇ ਦੀ ਜੜ ਤੱਕ ਪਹੁੰਚਾਂਗੇ। ਜੇ ਇਹ ਦੋਸ਼ੀ ਹੋਇਆ ਨਾ ਤਾਂ ਇਹਦੇ ਕੀਤੇ ਦੀ ਇਹਨੂੰ ਸਜ਼ਾ ਮਿਲੂਗੀ। ਮੇਰੇ ਭਰਾ ਨੇ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਬਾਈ ਬਾਈ ਸੱਚੀ ਮੈਂ ਇਹ ਕੰਮ ਕਰਿਆ ਨਹੀਂ। ਠੀਕ ਹੈ ਜੱਸੇ, ਮੈਂ ਮੰਨਦਾਗਾ ਤੂੰ ਇਹ ਕੰਮ ਨਹੀਂ ਕੀਤਾ ਹੈਗਾ। ਦੇਖ ਆਪਾਂ ਬਚਪਨ 'ਚ ਇਕੱਠੇ ਖੇਡਾਂਗੇ, ਇਕੱਠੇ ਪੜ੍ਹਾਂਗੇ, ਤੂੰ ਮੇਰਾ ਭਰਾ ਹੈਗਾ। ਜੇ ਤੇ ਤੂੰ ਚੱਲ ਗਲਤੀ ਹੋ ਵੀ ਗਈ ਤਾਂ ਤੂੰ ਮੈਨੂੰ ਸੱਚ ਤਾਂ ਦੱਸ ਦੇ। ਬਾਈ ਤੂੰ ਮੇਰੀਆਂ ਅੱਖਾਂ 'ਚ ਦੇਖ ਯਾਰ, ਮੈਂ ਅੱਜ ਤੱਕ ਤੈਨੂੰ ਝੂਠ ਬੋਲਿਆ? ਸੱਚੀ ਬਾਈ ਮੈਂ ਇਹ ਕੰਮ ਨਹੀਂ ਕਰਿਆ ਹੈਗਾ, ਮੈਥੋਂ ਕਰਾਇਆ ਗਿਆ। ਠੀਕ ਹੈ ਤੂੰ ਫਿਰ ਥੋੜ੍ਹਾ ਬਹੁਤਾ ਦਿਮਾਗ 'ਤੇ ਜ਼ੋਰ ਪਾ। ਤੈਨੂੰ ਯਾਰ ਕੋਈ ਕਿਡਨੈਪਰ ਦੀ ਕੋਈ ਨਿਸ਼ਾਨੀ ਵਗੈਰਾ ਕੁਛ ਯਾਦ ਹੋਵੇ? ਕੋਈ ਨਿਸ਼ਾਨੀ? ਮੈਂ ਆਪਣੇ ਦਿਮਾਗ 'ਤੇ ਜ਼ੋਰ ਦੇਣ ਲੱਗਾ ਅਤੇ ਸੋਚਣ ਲੱਗਾ ਕਿ ਕੀ ਨਿਸ਼ਾਨੀ ਹੋ ਸਕਦੀ ਹੈ। ਬਾਈ ਬਾਈ ਮੈਂ ਨਾ ਉਹਨੂੰ ਕਦੇ ਮਿਲਿਆ ਨਹੀਂ ਹੈਗਾ ਸੀ, ਮਤਲਬ ਫੋਨ 'ਤੇ ਗੱਲ ਹੁੰਦੀ ਸੀ। ਜਦੋਂ ਮੈਂ ਉਹਨੂੰ ਮਿਲਿਆ ਅੱਛਾ ਤਾਂ ਬਾਈ ਉਹ ਮੈਥੋਂ ਦੂਰ ਖੜਾ ਸੀ, ਅਤੇ ਨਾਲੇ ਬਾਈ ਉਹਨੇ ਸਾਰਾ ਮੂੰਹ ਢੱਕਿਆ ਹੋਇਆ ਸੀ, ਕਾਲੇ ਰੰਗ ਦੀ ਗੱਡੀ ਸੀ, ਨੰਬਰ ਪਲੇਟ ਵੀ ਬਾਈ ਉਹਦੀ ਗੱਡੀ 'ਤੇ ਹੈ ਨਹੀਂ ਸੀ। ਅਤੇ ਬਾਈ ਯਾਰ ਉਹ ਤਾਂ ਮੇਰੇ ਕੋਲ ਵੀ ਨਹੀਂ ਆਇਆ, ਮੈਂ ਹੁਣ ਤੈਨੂੰ ਨਿਸ਼ਾਨੀ ਕੀ ਦੱਸਾਂ ਬਾਈ।
ਭਾਈ ਇਹੋ ਜਿਹੀ ਕੋਈ ਗੱਲ ਹੀ ਨਹੀਂ ਆ, ਇਹੋ ਜਿਹੀ ਕੋਈ ਨਿਸ਼ਾਨੀ ਨਹੀਂ ਸੀ ਜਿਹਦੇ ਕਰਕੇ ਮੈਨੂੰ ਉਹ ਯਾਦ ਆ ਜਾਏ ਜਾਂ ਕੁਛ। ਤੂੰ ਥੋੜ੍ਹਾ ਬਹੁਤਾ ਦਿਮਾਗ 'ਤੇ ਜ਼ੋਰ ਲਾ, ਤੂੰ ਸੋਚ। ਬੇਬੇ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ? ਮੈਨੂੰ ਇਹ ਉਮੀਦ ਨਹੀਂ ਸੀ ਵੀ ਤੂੰ ਆਹ ਦਿਨ ਵੀ ਦਿਖਾਏਗਾ ਮੈਨੂੰ, ਪਰ ਇਹ ਯਕੀਨ ਜ਼ਰੂਰ ਸੀ ਵੀ ਇੱਕ ਨਾ ਇੱਕ ਦਿਨ ਮੈਨੂੰ ਇੱਥੇ ਤੂੰ ਜ਼ਰੂਰ ਖੜਾਏਗਾ ਲਿਆ ਕੇ। ਬੇਬੇ ਮੈਂ ਸੱਚੀ ਨਹੀਂ ਕਿਸੇ ਦਾ ਜਵਾਕ ਕਿਡਨੈਪ ਕਰਿਆ, ਤੈਨੂੰ ਵੀ ਮੇਰੇ 'ਤੇ ਯਕੀਨ ਨਹੀਂ ਹੈਗਾ ਬਾਈ। ਕੋਈ ਗੱਲ ਨਹੀਂ ਚਾਚੀ, ਤੂੰ ਟੈਨਸ਼ਨ ਨਾ ਲੈ, ਤੂੰ ਘਰੇ ਜਾ। ਦੇਖ ਸਾਨੂੰ ਕਾਨੂੰਨ ਦੇ ਮੁਤਾਬਕ ਤਾਂ ਕਾਰਵਾਈ ਕਰਨੀ ਪਊਗੀ, ਅਤੇ ਜੇ ਇਹ ਦੋਸ਼ੀ ਨਾ ਹੋਇਆ ਇਹਨੂੰ ਕੁਛ ਨਹੀਂ ਮੈਂ ਹੁਣ ਦਿੰਦਾ ਹੈਗਾ, ਤੁਸੀਂ ਟੈਨਸ਼ਨ ਨਾ ਲਓ, ਮੈਂ ਬੈਠਾ ਹਾਂ। ਚਾਚੇ ਦਾ ਮੁੰਡਾ ਮੇਰੇ ਦਾ ਇਹ, ਪਰ ਤੁਸੀਂ ਫਿਕਰ ਨਾ ਕਰੋ, ਇਹਦੇ ਨਾਲ ਮੈਂ ਇੱਕ ਉਹ ਸਲੂਕ ਕਰੂੰਗਾ ਜੋ ਆਪਣੇ ਆਮ ਦੋਸ਼ੀਆਂ ਨਾਲ ਕਰਦਾ। ਉਹ ਮੈਂ ਅਸਲੀ ਕਿਡਨੈਪਰ ਨਹੀਂ ਹੈਗਾ, ਅਸਲੀ ਤਾਂ ਕੋਈ ਹੋਰ ਹੈ, ਮੈਂ ਤਾਂ ਇੱਕ ਮੋਹਰ ਹਾਂ। ਮਰੀ ਜਾਂਦਾ ਯਾਰ ਬਕਵਾਸ, ਇਹਨੂੰ ਲੈ ਜਾਓ ਇੱਥੋਂ। ਲਵਪ੍ਰੀਤ ਯਾਰ ਤੂੰ ਮੇਰਾ ਯਕੀਨ ਕਰ, ਮੈਂ ਅਸਲੀ ਕਿਡਨੈਪਰ ਨਹੀਂ ਹੈਗਾ, ਅਸਲੀ ਕਿਡਨੈਪਰ ਤਾਂ ਕੋਈ ਹੋਰ ਹੈ, ਮੈਂ ਤਾਂ ਇੱਕ ਮੋਹਰ ਹਾਂ ਬਸ। ਅਸਲੀ ਕਿਡਨੈਪਰ ਕੋਈ ਹੋਰ ਹੋਣ ਦੇ ਕਰਕੇ ਪੁਲਿਸ ਨੂੰ ਮਜਬੂਰਨ ਮੈਨੂੰ ਛੱਡਣਾ ਪਿਆ। ਮੈਂ ਘਰ ਆ ਕੇ ਬਹੁਤ ਆਰਾਮ ਕੀਤਾ ਅਤੇ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਸੌਂ ਗਿਆ। ਤੂੰ ਮੇਰੇ ਨਾਲ ਇੰਨੀ ਮਾੜੀ ਕਰੇਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ। ਤੂੰ ਮੈਨੂੰ ਮੇਰੇ ਘਰਦਿਆਂ ਦੇ ਸਾਹਮਣੇ ਬੇਇੱਜ਼ਤ ਕਰਤਾ। ਨਹੀਂ, ਤੂੰ ਮੇਰਾ ਭਰੋਸਾ ਨਹੀਂ ਤੋੜਿਆ, ਤੂੰ ਮੇਰੇ ਸੁਪਨੇ ਤੋੜਿਆ। ਮੈਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਮੇਰੀਆਂ ਨਜ਼ਰਾਂ ਤੋਂ ਇੰਨਾ ਦੂਰ ਹੋ ਜਾ, ਮੁੜ ਕੇ ਮੈਨੂੰ ਦਿਖਾਈ ਵੀ ਨਾ ਦੇਈ।
ਜੱਸੇ ਲਾਪੇ ਤੋਂ ਕਿਵੇਂ ਹੋ ਤੁਸੀਂ? ਠੀਕ ਆ। ਘੋੜੇ ਵਰਗਾ ਮੈਨੂੰ ਕੀ ਹੋਣਾ? ਮੈਨੂੰ ਪਤਾ ਤੁਹਾਡੇ 'ਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਜੇ ਤੁਸੀਂ ਠੀਕ ਹੋ ਫਿਰ ਹਸਪਤਾਲ 'ਚ ਕੀ ਕਰਦੇ ਹੋ? ਓਏ ਉਹ ਤਾਂ ਮੇਰਾ ਘਰੇ ਦਿਲ ਨਹੀਂ ਲੱਗਦਾ ਸੀ। ਮੈਂ ਕਿਹਾ ਹਸਪਤਾਲ 'ਚ ਜਾ ਕੇ ਸਟਾਫ ਨਰਸਾਂ ਨੂੰ ਮਿਲ ਲਈਏ। ਤੁਹਾਡਾ ਸੁਭਾਅ ਜੱਸੇ ਜਮਾਂ ਹੀ ਪਹਿਲਾਂ ਵਰਗਾ ਹੈ ਨਾ, ਜਮਾਂ ਨਹੀਂ ਬਦਲਿਆ। ਮੈਂ ਤਾਂ ਨਹੀਂ ਬਦਲਿਆ ਪਰ ਹਾਲਾਤਾਂ ਨੇ ਮੈਨੂੰ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ। ਜੱਸੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦਿਓ। ਐ ਕਮਲੀ ਮਾਫੀ ਕਿਹੜੀ ਗੱਲ ਦੀ? ਆਹੀ ਕਿ ਮੈਂ ਨਾ ਤੁਹਾਡੇ ਤੇ ਥੋੜਾ ਜਿਆਦਾ ਹੀ ਸ਼ੱਕ ਕਰਦੀ ਹੁੰਦੀ ਸੀ। ਸ਼ਾਇਦ ਜੇ ਤੂੰ ਸ਼ੱਕ ਦੀ ਥਾਂ ਤੇ ਯਕੀਨ ਕੀਤਾ ਹੁੰਦਾ ਨਾ ਤਾਂ ਅੱਜ ਮੇਰੇ ਆਹ ਹਾਲ ਨਹੀਂ ਹੋਣਾ ਸੀ। ਜੱਸੇ ਮੈਨੂੰ ਗਲਤ ਨਾ ਸਮਝਿਓ, ਤੁਹਾਨੂੰ ਵੀ ਪਤਾ ਹੀ ਆ ਮੇਰੀਆਂ ਬਹੁਤ ਮਜਬੂਰੀਆਂ ਸੀ। ਤਾਂ ਤੈਨੂੰ ਲਵਪ੍ਰੀਤ ਕਹਿ ਕੇ ਬੁਲਾਈ ਜਾਂਦਾ। ਨਹੀਂ ਬੇਵਫਾ ਨਾ ਕਹਿੰਦਾ। ਹੈਲੋ, ਓਕੇ ਠੀਕ ਹੈ ਜੱਸੇ, ਮੈਨੂੰ ਨਾ ਘਰੋਂ ਫੋਨ ਆ ਗਿਆ, ਮੈਂ ਚੱਲਦੀ ਹਾਂ। ਸ਼ਾਇਦ ਇਸ ਤੋਂ ਬਾਅਦ ਮੈਂ ਤੇਰਾ ਕਦੇ ਵੀ ਪਤਾ ਲੈਣ ਨਹੀਂ ਆ ਸਕਦੀ। ਤੂੰ ਨਾ ਛੇਤੀ ਛੇਤੀ ਠੀਕ ਹੋ ਗਏ, ਚੰਗਾ ਘਰੇ ਵਗਦੀ। ਲੱਗਦਾ ਹੈ ਵਹਿਮ ਕਦੇ ਮੈਨੂੰ ਤੇਰੇ ਆਉਣ ਦਾ, ਹੁੰਦੀ ਹੈ ਆਸ ਮੈਨੂੰ ਕਦੇ ਤੇਰੇ ਆਉਣ ਦੀ, ਕਿ ਕਦੀ ਤਾਂ ਦੁਬਾਰਾ ਫਿਰ ਮਿਲਾਂਗੇ ਆਪਾਂ। ਐਸੀ ਵੀ ਕਿਹੜੀ ਗੱਲ ਹੈ ਜ਼ਿੰਦਗੀ ਬਣੀ ਰੋਣ ਲਈ, ਰਾਤਾਂ ਦੇ ਹਨੇਰੇ ਮੇਰੇ ਵੀ ਹੋ ਜਾਣਗੇ ਉਹ ਜਾਲੇ, ਲੱਗੀ ਰਹਿੰਦੀ ਟਿੱਕ ਟਿੱਕ ਪੈਰਾਂ ਦੀ ਤੇਰੀ, ਮੇਰੇ ਤੀ ਕੇ ਆਉਣ ਦੀ, ਮੇਰੇ ਤੀ ਕੇ ਆਉਣ ਦੀ। Bye.
ਆਖਿਰਕਾਰ ਗੱਡਣੇ ਪਰ ਚਾਹੁੰਦਾ ਕੀ ਹੈ? ਕਿਤੇ ਗੱਡਣੇ ਪਰ ਲਾਪਰੀ ਦੇ ਘਰ ਵਾਲਾ ਤਾਂ ਨਹੀਂ? ਪਰ ਨਾ ਨਾ, ਕੋਈ ਆਪਦੇ ਜਵਾਕ ਨੂੰ ਕਿਉਂ ਗੱਡਣੇ ਪਰ ਕਰੂਗਾ ਯਾਰ? ਨਾਲੇ ਫਿਰ ਇਹ ਸਮਝ ਨਹੀਂ ਆਈ ਵੀ ਮੇਰੇ 'ਤੇ ਹਮਲਾ ਕਿਉਂ ਹੋਇਆ। ਸ਼ਾਇਦ ਕੋਈ ਮੈਨੂੰ ਮਰਾਉਣ ਦੀ ਕੋਸ਼ਿਸ਼ ਕਰ ਰਿਹਾ। ਜੇ ਕੋਈ ਮੈਨੂੰ ਮਰਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਤੇ ਉਹ ਹੈਗਾ ਕੌਣ ਹੈ? ਤੂੰ ਨਿਸ਼ਾਨੀ ਪੁੱਛਦਾ ਸੀ ਨਾ, ਉਹਦੇ ਨਾਲ ਸੱਜੇ ਗੁੱਟ 'ਚ ਘੁੰਗਰੂ ਵਾਲੀ ਖੰਭਣੀ ਬੰਨੀ ਹੋਈ ਹੈ ਤੇ ਹਾਂ, ਤੇ ਨਾ ਉਹਦੀ ਉਂਗਲ 'ਚ ਛਾਂਪ ਪਾਈ ਹੋਈ ਹੈ ਸੋਨੇ ਦੀ। ਇੱਕ ਮਿੰਟ, ਆਹ ਦੱਸ ਜੱਸੇ ਕੀ ਹੈ? ਹਾਂ ਬਾਈ, ਆਹੀ ਆਹੀ ਹੱਥ ਹੈ ਬਾਈ, ਆਹੀ ਹੱਥ ਸੀ ਬਾਈ। ਤੂੰ ਕਿਵੇਂ ਜਾਣਦਾ? ਬਸ ਫਿਰ ਲੈ, ਹੁਣ ਦੇਖੀ ਹੁਣ ਬਣੂਗੀ ਗੱਲ, ਬਸ ਹੁਣ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਦੇਖ ਦੀਪੇ, ਮੰਨਣਾ ਤਾਂ ਤੈਨੂੰ ਪਊਗਾ ਵੀ ਤੂੰ ਘਟਨਾ ਇੱਕ ਤਰ੍ਹਾਂ, ਤੂੰ ਜਿੰਨਾ ਝੂਠ ਬੋਲੇਗਾ ਉਨੀ ਫਸਦਾ ਜਾਏਗਾ, ਜੇ ਸੱਚ ਬੋਲੇਗਾ ਕੋਈ ਨਾ ਕੋਈ ਧਾਰਾ ਮੈਂ ਘੱਟ ਲਾ ਦੂੰ। ਇਹ ਤੂੰ ਮੰਨਦਾ ਹੈ ਕਿ ਤੂੰ ਕਿਡਨੈਪਰ ਹੈ? ਹਾਂ ਮੈਂ ਮੰਨਦਾ, ਮੇਰਾ ਜਵਾਕ ਮੈਂ ਕਿਡਨੈਪ ਕੀਤਾ ਸੀ। ਕਿਉਂ ਕੀਤਾ ਸੀ ਤੂੰ ਆਪਣਾ ਬੱਚਾ ਕਿਡਨੈਪ? ਦੀਪੇ ਇਹ ਤਾਂ ਤੂੰ ਬਹੁਤ ਘਟੀਆ ਕੰਮ ਕੀਤਾ ਯਾਰ, ਆਪਣਾ ਬੱਚਾ ਕਿਡਨੈਪ ਕਰਕੇ। ਇਹ ਜਵਾਕ ਦਾ ਕੀ ਕਸੂਰ ਸੀ? ਬੱਚਾ ਤੂੰ ਕਿਡਨੈਪ ਕੀਤਾ, ਨਾਮ ਇਹਦਾ ਧਰਤਾ ਤੂੰ, ਇਹਦੇ ਨਾਲ ਤੈਨੂੰ ਕੀ ਨਫ਼ਰਤ ਹੈ? ਕੀ ਲੱਗਦਾ ਇਹ ਤੇਰਾ? ਮੈਨੂੰ ਜਵਾਕ ਨਾਲ ਨਹੀਂ ਨਫ਼ਰਤ ਹੈਗੀ, ਨਫ਼ਰਤ ਇਹਦੇ ਨਾਲ ਥੋੜ੍ਹੇ ਨਾਲ, ਇਹ ਮੇਰਾ ਨਹੀਂ ਕੁਛ ਲੱਗਦਾ ਦੀ। ਇਹਦਾ ਲੱਗਦਾ ਤੀ ਮਤਲਬ? ਕਹਿਣਾ ਕੀ ਚਾਹੁੰਦਾ ਤੂੰ? ਸੁਣ ਲਓ ਫਿਰ, ਕੀ ਕਹਿਣਾ ਚਾਹੁੰਦਾ ਸੀ? ਸਾਡਾ ਨਾ ਬਹੁਤ ਸੋਹਣਾ ਟਾਈਮ ਲੱਗ ਰਿਹਾ ਸੀ ਇਕੱਠਾ, ਬਲਕਿ ਮੈਨੂੰ ਬਹੁਤ ਖੁਸ਼ੀ ਤੀ ਕਿ ਲਵਪ੍ਰੀਤ ਨੇ ਮੇਰੇ ਤੋਂ ਕੁਛ ਲੁਕੋਇਆ ਨਹੀਂ, ਇਹਨੇ ਆਪਦੇ ਪਾਸਟ ਬਾਰੇ ਮੈਨੂੰ ਸਾਰਾ ਕੁਛ ਦੱਸਿਆ, ਇਹਦੇ ਯਾਰ ਜੱਸੇ ਬਾਰੇ। ਸਾਡੀ ਲਾਈਫ ਵਧੀਆ ਚੱਲ ਰਹੀ ਸੀ ਖੁਸ਼ੀ ਖੁਸ਼ੀ, ਪਰ ਅਚਾਨਕ ਇਹ ਕਈ ਮਹੀਨਿਆਂ ਤੋਂ ਨਾ ਜੱਸੇ ਦਾ ਨਾਮ ਬਾਹਲੀ ਜੱਪਣ ਲੱਗ ਗਈ ਤੀ।
ਮੇਰੀ ਥਾਂ 'ਤੇ ਹਰ ਟਾਈਮ ਜੱਸਾ ਜੱਸਾ ਜੱਸਾ। ਇੱਕ ਘਰ ਵਾਲਾ ਕਦੇ ਬਰਦਾਸ਼ਤ ਨਹੀਂ ਕਰਦਾ ਜੀ ਕਿ ਉਹਦੀ ਜਨਾਨੀ ਕਿਸੇ ਗੈਰ ਮਰਦ ਦਾ ਨਾਮ ਰਵੇ। ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਮੈਂ ਤਾਂ ਕਈ ਵਾਰੀ ਹਮਲਾ ਕੀਤਾ ਪਰ ਇਹਦੀ ਕਿਸਮਤ ਤੇਜ਼ ਸੀ, ਇਹ ਬਚ ਗਿਆ। ਵਾ ਓਏ ਦੀਪੇ, ਆਹ ਉਮੀਦ ਨਹੀਂ ਸੀ ਮੈਨੂੰ ਤੇਰੇ ਤੋਂ ਕਿ ਤੂੰ ਆਪਣਾ ਬੱਚਾ ਹੀ ਕਿਡਨੈਪ ਕਰ ਲਏਗਾ। ਸਿਰਫ ਲਾਪਰੀ ਦਿਨਾਂ ਜਰਾਂ 'ਚ ਜੱਸੇ ਨੂੰ ਗੇਰਨ ਵਾਸਤੇ ਸਭ ਕੁਛ ਕੀਤਾ ਮੈਂ ਆਪਣਾ ਬੱਚਾ ਹੀ ਕਿਡਨੈਪ ਕੀਤਾ। ਮੈਂ ਮੰਨਦਾ ਮੈਂ ਬਹੁਤ ਬੜਾ ਜੁਰਮ ਕੀਤਾ, ਤੁਸੀਂ ਜੋ ਸਜ਼ਾ ਦਿਓਗੇ ਇਹਨੂੰ ਮੈਨੂੰ ਮਨਜ਼ੂਰ ਆ। ਕਾਲੇ ਚੱਲ ਕਰ ਇਹਨੂੰ ਲੋਕ ਪੈਂਦੇ ਅੰਦਰ। ਨਾ ਬਾਈ, ਮੈਂ ਬਾਈ ਹੋਰਾਂ 'ਤੇ ਕੋਈ ਕਾਰਵਾਈ ਨਹੀਂ ਕਰਾਉਣੀ। ਨਾਲੇ ਜੋ ਵੀ ਬਾਈ ਨੇ ਕਰਿਆ ਨਾ, ਚੱਲ ਮਾੜਾ ਕਰਿਆ ਪਰ ਬਾਈ ਲਾਪਰੀ ਦਾ ਕੀ ਕਸੂਰ ਹੈ? ਨਾਲੇ ਉਹ ਮਾਸੂਮ ਦਾ ਕੀ ਕਸੂਰ ਹੈ ਬਾਈ? ਮੈਂ ਨਹੀਂ ਚਾਹੁੰਦਾ ਕੋਈ ਮੇਰੇ ਕਰਕੇ ਪੁੱਤ ਆਪਦੇ ਪਿਓ ਤੋਂ ਦੂਰ ਰਹੇ ਅਤੇ ਘਰ ਵਾਲੀ ਆਪਦੇ ਘਰ ਵਾਲੇ ਤੋਂ। ਪਰ ਬਈ ਹਾਂ, ਮੈਂ ਤੇਰੇ ਬਾਰੇ ਸੁਣਿਆ ਬਹੁਤ ਸੀ ਵੀ ਤੂੰ ਬਹੁਤ ਚੰਗਾ ਬੰਦਾ, ਤੂੰ ਲਵਪ੍ਰੀਤ ਨੂੰ ਖੁਸ਼ ਰੱਖਦਾ, ਉਹਦੀਆਂ ਹਰ ਇੱਕ ਰੀਝਾਂ ਪੂਰੀਆਂ ਕਰਦਾ। ਪਰ ਬਈ ਤੂੰ ਆਹ ਹਰਕਤ ਨਾ ਬਹੁਤ ਮਾੜੀ ਕਰੀ। ਨਾਲੇ ਬਈ ਸਾਡਾ ਮੇਰਾ ਅਤੇ ਲਵਪ੍ਰੀਤ ਦਾ ਜੋ ਵੀ ਰਿਸ਼ਤਾ ਸੀ ਨਾ ਤੇਰੇ ਵਿਆਹ ਤੋਂ ਪਹਿਲਾਂ ਸੀ। ਜਿੱਦਣ ਬਈ ਤੇਰੀਆਂ ਲਵਪ੍ਰੀਤ ਨਾਲ ਵਾਹਿਗੁਰੂ ਅੱਗੇ ਲਾਵਾਂ ਹੋ ਗਈਆਂ ਸੀ ਨਾ, ਮੈਂ ਉਸ ਤੋਂ ਬਾਅਦ ਬਈ ਲਵਪ੍ਰੀਤ ਨਾਲ ਕਦੇ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰੀ। ਨਾਲੇ ਬਈ ਤੂੰ ਜੀ ਤੋਂ ਮਰਜ਼ੀ ਪੁੱਛ ਲਈ, ਨਾਲੇ ਵਿਆਹ ਤੋਂ ਬਾਅਦ ਮੈਂ ਕਦੇ ਤੇਰੇ ਪਿੰਡ ਗੇੜਾ ਮਾਰਿਆ ਜਾਂ ਲਵਪ੍ਰੀਤ ਦੇ ਪਿੰਡ ਮਾਰਿਆ ਹੋਵੇ ਵਿਆਹ ਤੋਂ ਬਾਅਦ? ਬਸ ਬਈ ਇਹ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣ ਨਾ, ਮੈਂ ਤਾਂ ਬਈ ਐਸੇ ਜੀ ਖੁਸ਼ ਹਾਂ। ਨਹੀਂ ਜੱਸੇ, ਕਸੂਰ ਸਿਰਫ ਇਹਨਾਂ ਦਾ ਨਹੀਂ ਹੈਗਾ, ਅੱਜ ਦੀ ਕਸੂਰਵਾਰ ਤਾਂ ਮੈਂ ਵੀ ਹਾਂ। ਵਿਆਹ ਤੋਂ ਬਾਅਦ ਕੋਈ ਵੀ ਘਰ ਵਾਲਾ ਆਪਦੀ ਘਰ ਵਾਲੀ ਦੇ ਜ਼ੁਬਾਨ 'ਤੇ ਗੈਰ ਬੰਦੇ ਦਾ ਨਾਮ ਸੁਣ ਵੀ ਨਹੀਂ ਸਕਦਾ। ਮੈਂ ਮੰਨਦੀ ਹਾਂ ਵੀ ਮੇਰਾ ਇਹਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਸੀ ਅਤੇ ਪਤਾ ਨਹੀਂ ਹੋਰ ਕਿੰਨਾ ਕੁ ਟਾਈਮ ਲੱਗਣਾ ਹਜੇ ਮੈਨੂੰ ਤੈਨੂੰ ਭੁਲਾਉਣ 'ਤੇ, ਪਰ ਸਰ ਇਹਨਾਂ ਨੂੰ ਮਾਫ਼ ਕਰ ਦਿਉ। ਇਹ ਉਹ ਇਨਸਾਨ ਹੈ ਜਿਹਨੇ ਵਿਆਹ ਤੋਂ ਬਾਅਦ ਮੇਰੇ ਸਾਰੇ ਸੁਪਨੇ ਪੂਰੇ ਕੀਤੇ, ਮੇਰੀ ਹਰ ਇੱਕ ਰੀਝ ਪੁਗਾਈ ਆ। ਮੈਂ ਇਹਨਾਂ ਤੋਂ ਬਗੈਰ ਨਹੀਂ ਰਹਿ ਸਕਦੀ, ਮਾਫ਼ ਕਰ ਦਿਉ ਇਹਨਾਂ ਨੂੰ। ਦੇਖ ਬਾਈ, ਜੇ ਤੁਸੀਂ ਦੋਨੋਂ ਤਰ੍ਹਾਂ ਸਹਿਮਤ ਹੋ ਤਾਂ ਇੱਦੂ ਵੱਡੀ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ? ਤੂੰ ਮੇਰਾ ਭਾਈ ਹੈ, ਇਹ ਮੇਰਾ ਦੋਸਤ ਹੈ ਇਹਦਾ। ਦੇਖ ਦੀਪੇ, ਤੈਨੂੰ ਸਮਝਾ ਰਿਹਾ ਅੱਗੇ ਵਾਸਤੇ ਇੱਦਾਂ ਦੀ ਹਰਕਤ ਨਾ ਕਰੀ ਜਿਹਦੇ ਵਿੱਚ ਅਸੀਂ ਵੀ ਫਿਰ ਕੁਛ ਨਾ ਕਰ ਸਕੀਏ। ਜੱਸੇ ਥੈਂਕ ਯੂ, ਅੱਜ ਤੁਸੀਂ ਸਾਬਿਤ ਕਰਤਾ ਵੀ ਸੱਚਾ ਦੋਸਤ ਇਹੋ ਜਿਹਾ ਹੁੰਦਾ। ਕੋਈ ਨਾ ਲਵਪ੍ਰੀਤ, ਤੂੰ ਆਪਣੀ ਜ਼ਿੰਦਗੀ 'ਚ ਖੁਸ਼ ਰਹਿ, ਮੈਂ ਹੀ ਖੁਸ਼ ਹਾਂ। ਬਸ ਮੈਂ ਕਦੇ ਤੈਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ ਅਤੇ ਨਾ ਮੈਂ ਕਦੇ ਤੈਨੂੰ ਦੁਖੀ ਕਰਨ ਆਊਂਗਾ ਅਤੇ ਨਾ ਕਦੇ ਆਇਆ। ਬਸ ਤੂੰ ਆਪਣੀ ਜ਼ਿੰਦਗੀ 'ਚ ਖੁਸ਼ ਰਹਿ, ਮੈਂ ਇਸੇ 'ਚ ਹੀ ਖੁਸ਼ ਹਾਂ। ਖਿਆਲ ਰੱਖੀ ਆਪਣਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ ਜਣੇ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਰੋਂਗ ਨੰਬਰ ਸੀਰੀਜ਼ ਦਾ ਜਿਹੜਾ ਹੁਣ ਵਾਲਾ ਪਾਰਟ ਤੁਸੀਂ ਵੇਖ ਕੇ ਹਟੇ ਹੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਏਗਾ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵਧੀਆ ਵਧੀਆ ਕਮੈਂਟ ਕਰਿਓ ਕਮੈਂਟ ਬਾਕਸ ਦੇ ਵਿੱਚ, ਅਤੇ ਜਿਹਨੇ ਆਪਣੇ ਚੈਨਲ ਮੰਗੂ ਫਿਲਮਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਥੈਂਕ ਯੂ ਸੋ ਮਚ।
ਕੋਲ ਮਾਰਿਓ ਥੋੜਾ ਜਿਹਾ। ਮੰਮਾ ਮੰਮਾ ਮੰਨਤ ਮੰਨ ਤੂੰ ਤੂੰ ਠੀਕ ਹੈ ਪੁੱਤ ਤੂੰ ਠੀਕ ਹੈ ਨਾ? ਖਬਰਦਾਰ ਜੇ ਥੋਲਣ ਦੀ ਕੋਸ਼ਿਸ਼ ਕੀਤੀ ਹੈ ਫੜ ਦੋ, ਖਬਰਦਾਰ ਜੇ ਥੋਲਣ ਦੀ ਕੋਸ਼ਿਸ਼ ਕੀਤੀ ਹੈ ਫੜ ਦੋ ਮੁੰਡੇ ਮੈਨੂੰ। ਖਬਰਦਾਰ ਜੇ ਥੋਲਣ ਦੀ ਕੋਸ਼ਿਸ਼ ਕੀਤੀ ਹੈ ਫੜ ਦੋ ਮੁੰਡੇ ਮੈਨੂੰ। ਖਬਰਦਾਰ ਜੇ ਥੋਲਣ ਦੀ ਕੋਸ਼ਿਸ਼ ਕੀਤੀ ਹੈ ਫੜ ਦੋ ਮੁੰਡੇ ਮੈਨੂੰ। ਸ਼ਾਬਾਸ਼ ਚੰਗਾ ਨਾਮ ਰੋਸ਼ਨ ਕਰਿਆ ਘਰਦਿਆਂ ਦਾ। ਲਵਪ੍ਰੀਤ ਅਸਲੀ ਕਿਡਨੈਪਰ ਮੈਂ ਨੀ ਹੈਗਾ, ਅਸਲੀ ਕਿਡਨੈਪਰ ਬਈ ਮੈਂ ਅਸਲੀ ਦੋਸ਼ੀ ਨੀ ਹੈਗਾ ਸੱਚੀ। ਮੈਂ ਤੈਨੂੰ ਵੀ ਆਹੀ ਗੱਲ ਤੂੰ ਸੁਰੜ ਨਾ ਕਰ ਯਾਰ ਸਟਾਰਟਾ। ਜਨਾਬ ਮੈਂ ਤੂੰ ਸਾਰਾ ਕੁਝ ਪੁੱਛ ਲਿਆ ਜੀ, ਨਾਲੇ ਤੇਰਾ ਫੋਨ ਫੋਨ ਚੈੱਕ ਕੀਤਾ ਹੈਗਾ, ਇਹਨੂੰ ਫੋਨ ਆਏ ਹੋਏ ਨੇ, ਉਹ ਫੋਨ ਲਾ ਕੇ ਦੇਖਿਆ ਬੰਦ ਆ ਰਿਹਾ ਫੋਨ। ਯਾਰ ਸੱਚੀ ਕਹਿੰਦਾ ਮੈਂ ਅਸ ਕੋਈ ਨਾ ਤੁਸੀਂ ਚੁੱਪ ਕਰੋ ਚੱਲ ਚੱਲ ਉਹ ਜਵਾਕ ਨੂੰ ਪੁੱਛ ਲਿਆ, ਮੈਂ ਕਹੂੰਗਾ ਹਟ ਜਾ, ਮੈਂ ਪੁੱਛ ਲੂੰਗਾ, ਮੈਂ ਕਹਿ ਦੂੰਗਾ। ਨੀਵੇਂ ਪਾ ਲੀ ਨੀਵੇਂ ਪਾ ਲੀ 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 ਪਾ ਲੀ
ਕੋਈ ਗੱਲ ਨੀ ਬਾਈ ਮੈਂ ਦੋਸ਼ੀ ਲੱਭ ਕੇ ਦੂੰਗਾ ਯਾਰ ਤੁਹਾਨੂੰ। ਠੀਕ ਆ ਦੰਦ ਕੱਢ ਰਿਹਾ ਹੋਰ ਹੁਣ ਆ ਖੇਡੀ ਅੰਕਲ ਨੇ ਤਾਂ ਮੇਰੀ ਜਾਨ ਬਚਾਈ ਹੈ। ਬਈ ਮੈਂ ਅਸਲੀ ਕਿਡਨੈਪਰ ਨਹੀਂ ਹੈਗਾ, ਤੈਨੂੰ ਕਿਡਨੈਪ ਕੋਈ ਗੱਲ ਨਹੀਂ ਜੀ, ਅਸੀਂ ਕਾਰਵਾਈ ਕਰਾਂਗੇ, ਅਸੀਂ ਦੋਸ਼ੀ ਲੱਭ ਕੇ ਹਟਾ। ਨਾ ਰੁਕ ਗਿਆ ਯਾਰ, ਕੋਈ ਗੱਲ ਨਹੀਂ ਵੀਰੇ, ਕੋਈ ਗੱਲ ਨਹੀਂ ਜੀ, ਅਸੀਂ ਕੋਈ ਗੱਲ ਨਹੀਂ ਜੀ, ਅਸੀਂ ਕਾਰਵਾਈ ਕਰਾਂਗੇ, ਅਸੀਂ ਮੁੱਦੇ ਦੀ ਜੜ ਤੱਕ ਪਹੁੰਚਾਂਗੇ। ਜੇ ਇਹ ਦੋਸ਼ੀ ਹੋਇਆ ਨਾ ਤਾਂ ਇਹਦੇ ਕੀਤੇ ਦੀ ਇਹਨੂੰ ਸਜ਼ਾ ਮਿਲੂਗੀ। ਅਤੇ ਇਹਦੇ ਫੋਨ 'ਤੇ ਇੱਕ ਫੋਨ ਆਉਂਦਾ ਸੀਗਾ, ਸਿਰਫ ਲਾਪੜੀ ਜਿੰਨਾ ਜਰਾ ਮੇਰਾ ਹੋ ਗਿਆ ਕੁੰਡਾ, ਮੇਰਾ ਹੋ ਗਿਆ, ਮੇਰਾ ਦਿਮਾਗ ਹੋਰ ਕਿਤੇ ਪਹੁੰਚ ਗਿਆ। ਇਦੂ ਬਾਅਦ ਫਲੈਸ਼ਬੈਕ ਟੁੱਟਣ ਵਾਲਾ ਸੀ। ਹਾਂ ਚਲੋ, ਹਾਂ ਹੁਣ ਮੈਂ ਬੈਠੂੰਗੀ। ਹਾਂ ਤੂੰ ਸਿੱਧਾ ਹੋ ਬਾਈ, ਤੈਨੂੰ ਕੀ ਹੋ ਰਿਹਾ ਅੱਜ, ਥੱਕ ਗਿਆ ਰੇ ਵੀ ਜਵਾਕ ਹਨਾ। ਫਲੈਸ਼ਬੈਕ ਟੁੱਟ ਗਿਆ, ਹੁਣ ਮੈਂ ਬੈਠੂੰਗੀ। ਚਲੋ ਨਫ਼ਰਤਾ ਮੈਨੂੰ ਇਹਦੇ ਨਾਲ ਸਹੀ ਗੱਲ ਓਕੇ ਦੇਖ ਦੀਪੇ, ਕਿਡਨੈਪਰ ਦਾ ਤੂੰ ਹੀ ਆ, ਇਹ ਤੈਨੂੰ ਮੰਨਣਾ ਪਊਗਾ। ਸਾਡਾ ਜਦੋਂ ਵਿਆਹ ਫਿਰ ਚੱਲ ਸੰਭਲਾ ਚੱਲੀ ਔਰ ਚੱਲ ਚੱਲ ਗੱਲ ਜਿਸ ਦਿਨ ਮੇਰਾ ਚੱਲ ਇੱਥੋਂ ਚੱਕਾ ਲੋ ਸੁਣ ਲਓ ਮੇਰਾ, ਜਿਸ ਦਿਨ ਮੇਰਾ ਵਿਆਹ ਹੋਇਆ ਨਾ ਚੱਕ ਲਾ ਫਲੈਸ਼ਬੈਕ ਤੋੜਨ ਤੋਂ ਬਾਅਦ ਚੱਕਿਆ। ਹਾਂ ਤੋੜ ਲੈਣਾ, ਬਲਕਿ ਮੈਨੂੰ ਖੁਸ਼ੀ ਹੋਈਗੀ। ਹੈਂ ਪਿਛਲੇ ਖੜਾ ਹੋ ਗਿਆ, ਹੈਂ ਮੈਂ ਉੱਠਦੀ ਨਹੀਂ। ਨਾ ਨਾ ਫਲੈਸ਼ਬੈਕ ਤੂੰ ਸੁਣਾ, ਹੁਣ ਤੂੰ ਤਾਂ ਸੁਣਾਉਂਦਾ ਬਹਿ ਗਿਆ। ਚੱਲ ਹਾਂ ਮੈਂ ਸਮਝ ਗਿਆ ਤੇਰੀ ਗੱਲ, ਸੁਣਾਉਂਦਾ ਹਾਂ ਮੈਂ ਸਮਝ ਗਿਆ, ਬਹਿ ਗਿਆ ਹੁਣ ਤਾਂ ਬਹਿ ਜਾ। ਅੱਛਾ ਹਾਂ ਹੁਣ ਤੋੜ ਦੇ। ਹਾਂ ਤੂੰ ਹੀ ਆਂਦਾ ਹੈਗਾ, ਨਹੀਂ ਪਤਾ ਨਹੀਂ ਲੱਗਦਾ, ਤੁਸੀਂ ਜੋ ਸਜ਼ਾ ਦਿਓਗੇ ਮੈਨੂੰ ਮਿਲ ਜਾਊਗਾ। ਦੀਪੇ ਮੈਂ ਤਾਂ ਸਾਰੀ ਪੱਟੀ ਨੇ ਸਿੱਖੋ ਯਾਰ, ਤੈਨੂੰ ਦਿਖ ਰਿਹਾ ਯਾਰ, ਕੈਮਰੇ 'ਚ ਤਾਂ ਨਹੀਂ ਦਿਖ ਰਿਹਾ ਯਾਰ, ਉਹੀ ਭੁਰੀ ਜਾਂਦਾ ਯਾਰ ਮੇਰਾ ਨਾ, ਹੁਣ ਯਾਰ ਕਿ ਮੇਰਾ ਨਾ ਹੋਈ ਆ ਗਿਆ ਨਾ 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 ਬੋਲਿਆ ਤੇ ਸੁਣ ਜਾ। ਕੋਈ ਵੀ ਘਰ ਵਾਲਾ ਆਪਦੀ ਘਰ ਵਾਲੀ ਦੀ ਜ਼ੁਬਾਨ ਤੇ ਚੱਲ ਪਾ ਹਾਏ ਇਹ ਕਿ ਦੇਖਿਆ ਨਾ ਕਰ, ਚੱਲ ਜਾ ਚਲੋ।
ਠੀਕ ਹੈ ਤੁਹਾਡਾ ਰਾਜੀ ਬੰਦਾ ਕਰਵਾ ਸਾਨੂੰ ਤਾਂ ਇਸ ਤੋਂ ਵੱਧ ਕੀ ਖੁਸ਼ੀ ਹੈ ਕਿ ਮੇਰਾ ਇਹ ਵੀ ਦੋਸਤ ਤੂੰ ਇਹ ਮੇਰਾ ਭਾਈ ਆ ਤੂੰ ਮੇਰਾ ਦੋਸਤ ਲਾਸਟ ਦੇ ਬਸ ਤੁਹਾਡਾ ਡਾਇਲੌਗ ਬੋਲਣਾ ਬਹੁਤ ਸਾਰਾ ਨਾ ਉਹ ਵਾਲਾ ਕਿ ਤੇਰਾ ਬਹੁਤ ਬਹੁਤ ਧੰਨਵਾਦ ਮੇਰਾ ਭਾਈ ਆ ਵੀ ਤੂੰ ਇੰਨਾ ਸਾਡੇ ਬਾਰੇ ਸੋਚ ਚੰਗਾ ਦੋਸਤ ਹੋਣ ਦਾ ਫਰਜ਼ ਨਿਭਾਤਾ ਹੈ ਮੇਰਾ ਧਿਆਨ ਰੱਖ ਚੱਲ ਤੈਨੂੰ ਕਹਿਣਾ ਮੈਂ ਪੂਰਾ ਕਰੂੰਗਾ ਪਹਿਲਾਂ ਮੈਂ ਪਹਿਲਾਂ ਪੂਰਾ ਕਰੂੰਗਾ ਫਿਰ ਇੱਕ ਡਾਇਲੌਗ ਲਾਤਰੀ ਤੇ ਬੋਲੂਗੀ ਫਿਰ ਮੈਂ ਬੋਲੂ ਫਿਰ ਤੂੰ ਬੋਲ ਠੀਕ ਹੈ ਮੇਰੇ ਵੱਲੋਂ ਤਾਂ ਇਹ ਦਰਗਾਹ ਇਹ ਲੈ ਰਹੇ ਹਾਂ ਜਦੋਂ ਤੁਸੀਂ ਦੋਨੇ ਰਾਜੀ ਹੋ ਮੈਂ ਅਸੀਂ ਕੌਣ ਹੁੰਦੇ ਪਰ ਭਾਈ ਜਾਈ ਜਾਈ ਕਰ ਰਹੇ ਹਾਂ ਸਾਡਾ ਹੀ ਖੁਸ਼ੀ ਆ ਇਹ ਮੇਰਾ ਭਾਈ ਆ ਤੂੰ ਮੇਰਾ ਦੋਸਤ ਨਾਲ ਤੇ ਘਰੇ ਜਾ ਸ਼ੁਰੂ ਤੋਂ ਬੋਲਾਂ ਓਏ ਸ਼ੁਰੂ ਤੋਂ ਬੋਲਾਂ ਕਾ ਇੱਥੋਂ ਬਈ ਇਹ ਤਾਂ ਮਾਸੂਮ ਹੈ ਬਈ ਉਹ ਤਾਂ ਮਾਸੂਮ ਹੈ ਛੋਟਾ ਜਿਹਾ ਜਵਾਕ ਹੈ ਉਹਦਾ ਕੀ ਕਸੂਰ ਹੈ ਨਾਲੇ ਬਈ ਮੈਂ ਨਹੀਂ ਚਾਹੁੰਦਾ ਵੀ ਕੋਈ ਮੇਰੇ ਕਰਕੇ ਪੁੱਤ ਆਪਦੇ ਪਿਓ ਤੋਂ ਦੂਰ ਹੋਵੇ ਅਤੇ ਘਰ ਵਾਲੀ ਆਪਦੇ ਘਰ ਵਾਲੇ ਤੋਂ ਕੋਈ ਨਾ ਬਈ ਮੇਰੇ ਵੱਲੋਂ ਦੇਖ ਬਈ ਜੇ ਤੁਸੀਂ ਦੋਨੋਂ ਤਰ੍ਹਾਂ ਸਹਿਮਤ ਹੋ ਤਾਂ ਇੱਦੂ ਵੱਡੀ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ ਤੂੰ ਮੇਰਾ ਭਾਈ ਹੈ ਇਹ ਮੇਰਾ ਦੋਸਤ ਹੈਗਾ ਦੇਖ ਦੀਪੇ ਅੱਗੇ ਵਾਸਤੇ ਕੋਈ ਐ ਚੱਕਾ ਦੇਖ ਦੀਪੇ ਤੈਨੂੰ ਸਮਝਾ ਰਿਹਾ ਅੱਗੇ ਵਾਸਤੇ ਇੱਦਾਂ ਦੀ ਹਰਕਤ ਨਾ ਕਰੀ ਜਿਹਦੇ ਵਿੱਚ ਅਸੀਂ ਵੀ ਕੁਛ ਨਾ ਕਰ ਸਕੀਏ ਠੀਕ ਹੈ ਬਾਈ ਜੱਸੇ ਥੈਂਕ ਯੂ ਤੂੰ ਇੱਕ ਚੰਗੇ ਦੋਸਤ ਹੋਣ ਦਾ ਫਰਜ਼ ਨਿਭਾਤਾ ਕੋਈ ਨਾ ਲਵਪ੍ਰੀਤ ਮੈਂ ਕਦੇ ਤੈਨੂੰ ਜ਼ਿੰਦਗੀ 'ਚ ਦੁਖੀ ਨਹੀਂ ਦੇਖਣਾ ਚਾਹੁੰਦਾ ਤੁਸੀਂ ਦੋਨੇ ਖੁਸ਼ ਰਹੋ ਬਸ ਮੈਂ ਇਸੇ ਗੱਲ 'ਚ ਖੁਸ਼ ਹਾਂ ਚੰਗਾ ਬਾਈ ਠੀਕ ਹੈ ਜੱਸੇ ਯਾਰ ਬਾਈ ਪਹਿਲਾਂ